कलकत्ती राजे कसाई कलकत्ती राजे कसाई धर्म पंख कर उड़रिया धर्म पंख कर पाली बिकुनी
काले विकुन्नी होई। हाँ भाल विकुन्नी होई, भाल विकुन्नी होई, अंधेरे अंधेरे रहो ना कोई। हो भाल विकुन्नी होई, हो फिरो दीवानी आवल बावल, हो फिरो दीवानी आवल बावल, तप तप लोए लोए हाथ मरो रो, तप तप लोए लोए हाथ मरो रो, बावल होई विकुन्नी होई, बावल होई सो शहलो रो, सो चहलो रो, माई मैं के दिल को गुसाई, के दिल को गुसाई, मामो अगे हार तिमर में, हाँ भाल विकुन्नी होई, रात वाला सब्जेक्ट गुरु तेग बहादुर पातशाह जी की बाणी दा मन ते जहन विच सारी रात चलदा रहा। दिल कीता कुछ इस नु होर अगे लैके स्पष्ट करा। गुरु तेग बहादुर पातशाह जी दा बचन सी, के दुनिया दे लोगो माई मैं के बिद लखों गुसाई, मैं अपने मालिक नु किवें पछाणा। ते मसला सी ओ दूर नहीं, अपने शब्द पढ़िया जा रहा सी जिस दी आखरी लाइन सी, हर साजन सब के निकट खड़ा। पहली लव लाइन सी नैन अलोया घट घट सोया, अत अमृत प्रयागूड़ा नाल हो वंदा, लहे ना सकंदा किते दूर जांदा भी नहीं जा सकदा भी नहीं। अगले लफसन सुआओ ना जाने बूढ़ा, नाल है दूर ना जांदा है ते ना जा सकदा, पर ए मूर्ख मूढ़ा उन्नू पछाणदा ही नहीं, उन्नू जानदा ही नहीं। क्यों नहीं जानदा? क्योंकि माया मद माता
ਹੋਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ ਰਾਤ ਵੀ ਇਹੋ ਸਬਜੈਕਟ ਚੱਲ ਰਿਹਾ ਸੀ ਨੇੜੇ ਹੈ ਪਰ ਮੈਂ ਪਛਾਣ ਨਹੀਂ ਸਕਦੀ ਪਛਾਣ ਨਹੀਂ ਸਕਦੀ ਲਾਈਨ ਵੀ ਆਈ ਸੀ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਪਰ ਬਾਤ ਨਾ ਕਰਤੇ ਭਾਈ ਇੱਕੋ ਸੰਗਤ ਵਿੱਚ ਇੱਕੋ ਥਾਂ ਵਸਦੇ ਆਪਸ ਵਿੱਚ ਮਿਲ ਬਾਤ ਵੀ ਨਹੀਂ ਕਰਦੇ ਸਤਿਗੁਰੂ ਨੇ ਬਾਣੀ ਅੰਦਰ ਹਰ ਇੱਕ ਲਫ਼ਜ਼ ਨੂੰ ਚੰਗੀ ਤਰ੍ਹਾਂ ਬਣਾ ਲਿਆ ਤੈਸੇ ਨਾਲ ਅਕੂਨਾ ਕਿਉਂ ਥੀ ਵਹਿ ਘਰ ਵਾਸ ਅਕੂਨਾ ਦਾ ਮਤਲਬ ਹੁੰਦਾ ਗੱਲਬਾਤ ਖਤਮ ਹੋ ਜਾਣੀ ਕੂਣਾ ਕਹਿੰਦੇ ਨੇ ਗੱਲਬਾਤ ਕਰਨ ਨੂੰ ਤੈਸੇ ਬਾ ਨਾਲ ਅਕੂਨਾ ਬੋਲਚਾਲ ਨਾ ਰਹਿਣੀ ਕਿਉਂ ਥੀ ਵਹਿ ਘਰ ਵਾਸ ਇੱਕ ਘਰ ਵਿੱਚ ਵਸਣਾ ਕਾਹਦਾ ਹੋਇਆ ਤੇ ਕਹਿੰਦੇ ਨੇ ਉਹ ਅਕੂਨਾ ਕਿਉਂ ਹੈ ਕਿਉਂਕਿ ਪਛਾਣ ਨਹੀਂ ਤੇ ਪਛਾਣ ਕਿਉਂ ਨਹੀਂ ਕਿਉਂਕਿ ਇੱਥੋਂ ਰਾਤ ਵਾਲਾ ਸਬਜੈਕਟ ਨਾਲ ਜੋੜਨਾ ਚਾਹੁੰਦਾ ਪਛਾਣ ਕਿਉਂ ਨਹੀਂ ਕਿਉਂਕਿ ਅੰਧੇਰਾ ਹੈ ਰਾਤ ਵੀ ਇਹ ਲਫ਼ਜ਼ ਸਨ ਪੜ੍ਹ ਰਹੀ ਹਾਂ ਇਹ ਨਹੀਂ ਕਿ ਉਹ ਅੰਧੇਰਾ ਹੈ ਉਹ ਤਾਂ ਚਾਨਣ ਹੈ ਹੁਣ ਵੀ ਲਫ਼ਜ਼ ਆਏ ਨੇ ਕੂੜ ਅਮਾਵਸ ਸੱਚ ਚੰਦਰਮਾ ਉਹ ਜਿਹੜਾ ਸੱਚ ਹੈ ਉਹ ਤਾਂ ਚੰਦਰਮਾ ਹੈ ਉਹ ਤਾਂ ਚਾਨਣ ਹੈ ਅੰਧੇਰਾ ਨਹੀਂ ਅੰਧੇਰੇ ਵਿੱਚ ਕੋਈ ਹੋਰ ਚੀਜ਼ ਛੁਪਾਈ ਜਾ ਸਕਦੀ ਹੈ ਚਾਨਣ ਕਿਵੇਂ ਛੁਪਾਇਆ ਜਾਏ ਟਟਾਣਾ ਛੋਟਾ ਜਿਹਾ ਹੁੰਦਾ ਅਤੇ ਥੋੜ੍ਹਾ ਜਿਹਾ ਆਕਾਰ ਵਿੱਚ ਆਪਣੇ ਨਾਲ ਉਹ ਚਾਨਣ ਰੱਖਦਾ ਉਹ ਵੀ ਰਾਤ ਨੂੰ ਦਿਸ ਪੈਂਦਾ ਟਟਾਣਾ ਛੁਪਦਾ ਨਹੀਂ ਬੜਾ ਛੋਟਾ ਹੁੰਦਾ ਕਦੀ ਬਾਰਿਸ਼ ਦੀ ਰੁੱਤੇ ਨਿਕਲਦੇ ਟਟਾਣੇ ਦੇਖੋ ਰਾਤ ਅੰਧੇਰੀ ਹੈ ਟਟਾਣਾ ਛੋਟਾ ਹੈ ਪਰ ਆਪਣੀ ਛੋਟੀ ਜਿਹੀ ਰੋਸ਼ਨੀ ਸੰਭਾਲ ਕੇ ਰੱਖੀ ਉਸਨੇ ਉਹ ਉਹਨੂੰ ਛੁਪਣ ਨਹੀਂ ਦਿੰਦੀ ਜਿੱਥੇ ਵੀ ਟਟਾਣਾ ਉੱਡਦਾ ਤੁਰਿਆ ਜਾਏ ਜਿਸ ਟਾਹਣੀ 'ਤੇ ਜਿਸ ਪੱਤੇ 'ਤੇ ਬਹਿ ਜਾਏ ਲੋਕ ਬੱਚੇ ਵੀ ਦੇਖਦੇ ਨੇ ਅਤੇ ਕਹਿੰਦੇ ਨੇ ਆਹ ਟਟਾਣਾ ਹੈ ਉਹ ਭਲਿਓ ਜੇ ਟਟਾਣਾ ਪਛਾਣਿਆ ਜਾਂਦਾ ਹੈ ਤਾਂ ਗੁਸਾਈ ਜਿਹੜਾ ਚੰਦਰਮਾ ਹੈ ਉਹ ਜਿਹੜਾ ਸੂਰਜ ਹੈ ਉਹ ਨਾ ਪਛਾਣਿਆ ਜਾਏ ਜਿਹਦੇ ਚਾਨਣ ਵਿੱਚ ਦੁਨੀਆ ਰਹਿੰਦੀ ਹੈ ਜਿਸ ਦੀ ਰੋਸ਼ਨੀ ਨੂੰ ਦੁਨੀਆ ਉਡੀਕਦੀ ਹੈ ਸੂਰਜ ਕਦੋਂ ਸੂਰਜ ਚੜ੍ਹੇ ਰਾਤ ਵੀ ਇੱਕ ਲਫ਼ਜ਼ ਆਏ ਸਨ ਕਿ ਚੱਕਈ ਜਿਉਂ ਨਿਸ ਬਿਛਰੇ ਆਏ ਮਿਲੇ ਪ੍ਰਭਾਤ ਨਿਸ ਕਹਿੰਦੇ ਨੇ ਰਾਤ ਨੂੰ ਵਿਛੜਦੀ ਹੈ ਉਹ ਵੀ ਉਡੀਕਦੀ ਹੈ ਕਦੋਂ ਪ੍ਰਭਾਤ ਹੋਵੇ ਕਿਉਂਕਿ ਅੰਧੇਰਾ ਵਿਛੋੜਦਾ ਤੇ ਪ੍ਰਭਾਤ ਜੋੜਦੀ ਹੈ ਤੇ ਪ੍ਰਭਾਤ ਜੋੜਦੀ ਕਿਵੇਂ ਹੈ ਉਹਦੇ 'ਚ ਪਛਾਣ ਹੁੰਦੀ ਹੈ ਤੇ ਪਛਾਣ ਹੁੰਦੀ ਹੈ ਕਿਸੇ ਐਸੀ ਚੀਜ਼ ਦੀ ਜਿਹੜੀ ਨਾ ਦਿਸਦੀ ਹੋਵੇ ਪਰ ਜਿਹੜੀ ਹੋਵੇ ਹੀ ਚਾਨਣ ਪਰ ਕਹਿੰਦੇ ਨੇ ਬਦਕਿਸਮਤੀ ਇਹ ਇੱਕ ਭਰਮਾਂ ਦਾ ਅੰਧੇਰਾ ਐਸਾ ਹੈ ਜਿਹੜਾ ਰੋਸ਼ਨੀ ਹੁੰਦਿਆਂ ਹੋਇਆਂ ਚਾਨਣ ਨੂੰ ਵੀ ਨਹੀਂ ਪਛਾਣਨ ਦਿੰਦਾ ਚਾਨਣ ਨੂੰ ਵੀ ਨਹੀਂ ਪਛਾਣਨ ਦਿੰਦਾ
ਹੁਣ ਇੱਕ ਲਫ਼ਜ਼ ਆਏ ਨੇ ਅਮਾਵਸ ਸੱਚ ਚੰਦਰਮਾ ਤਾਂ ਚੰਦਰਮਾ ਚਟਾਣਾ ਵੀ ਨਹੀਂ ਚੰਦਰਮਾ ਉਹ ਵੀ ਨਹੀਂ ਦੱਸਦਾ ਕਿੱਡੀ ਅਜੀਬ ਗੱਲ ਹੈ ਦਿਸੇ ਨਹੀਂ ਕਿ ਚੜਿਆ ਕਿੱਥੇ ਚੜਿਆ ਭਾਲਦੀ ਰਹੀ ਹੈ ਹਾਂ ਭਾਲ ਵੀ ਕੁੰਨੀ ਮੈਂ ਭਾਲ ਰਹੀ ਹਾਂ ਚੰਦਰਮਾ ਨੂੰ ਕਿੱਡੀ ਅਜੀਬ ਗੱਲ ਹੈ ਉਹ ਭਲੀਏ ਚੰਦਰਮਾ ਛੁਪਾਇਆ ਨਹੀਂ ਛੁਪਦਾ ਚਟਾਨਾ ਨਹੀਂ ਛੁਪਦਾ ਅਤੇ ਚੰਦਰਮਾ ਕਿੱਥੇ ਛੁਪਦਾ ਤੂੰ ਆਪਣੇ ਭਰਮ ਦਾ ਅੰਧੇਰਾ ਦੂਰ ਕਰ ਕਹਿਣ ਲੱਗੇ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਸੱਚ ਚੰਦਰਮਾ ਦਿਸੈ ਨਹੀਂ ਕੇ ਚੜਿਆ ਹਉ ਬਾਲ ਵਿਕੁੰਨੀ ਹੋਈ ਕੇ ਚੜਿਆ ਹਉ ਬਾਲ ਵਿਕੁੰਨੀ ਹੋਈ ਅੰਧੇਰੇ ਆ ਕਾਰਨ ਹੈ ਉਹ ਹੈ ਅੰਦਰ ਦਾ ਅੰਧੇਰਾ ਬਾਹਰ ਦਾ ਨਹੀਂ ਰਾਤ ਵੀ ਲਫ਼ਜ਼ ਆਏ ਸਨ ਕਿ ਤਿੰਨ ਤਰ੍ਹਾਂ ਦਾ ਅੰਧੇਰਾ ਹੈ ਪਰ ਚਲੋ ਅੱਜ ਮੈਂ ਉਸ ਵਿਸਥਾਰ ਵਿੱਚ ਨਾ ਜਾਵਾਂ ਦੁਬਾਰਾ ਜੋ ਕੁਝ ਬਾਹਰ ਹੈ ਉਹ ਅੰਦਰ ਵੀ ਹੈ ਇਹ ਆਪਾਂ ਕਈ ਵਾਰ ਸਮਝਾ ਕੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੇ ਬਾਹਰ ਰਾਤ ਪੈਂਦੀ ਹੈ ਅੰਦਰ ਵੀ ਰਾਤ ਪੈਂਦੀ ਹੈ ਬਾਹਰ ਦੀ ਰਾਤ ਸੂਰਜ ਦੇ ਸਫ਼ਰ ਨਾਲ ਪੈਂਦੀ ਹੈ ਚੱਕਰ ਨਾਲ ਪੈਂਦੀ ਹੈ ਅਤੇ ਅੰਦਰ ਦੀ ਰਾਤ ਭਰਮ ਦੇ ਅੰਧੇਰੇ ਦੀ ਰਾਤ ਪੈਂਦੀ ਹੈ ਬਾਹਰ ਨਾਲੋਂ ਜ਼ਿਆਦਾ ਖਤਰਨਾਕ ਹੈ ਅੰਦਰ ਦੀ ਰਾਤ ਜਿਹੜੀ ਹੈ ਉਹ ਬਾਹਰ ਨਾਲੋਂ ਜ਼ਿਆਦਾ ਖਤਰਨਾਕ ਹੈ ਉਹ ਰਾਹ ਹੀ ਕੋਈ ਨਹੀਂ ਛੱਡਦੀ ਰਾਹ ਹੀ ਕੋਈ ਨਹੀਂ ਛੱਡਦੀ ਅੰਧੇਰੇ ਰਾਹੋ ਨਾ ਕੋਈ ਪਰ ਇੱਕ ਖਿਆਲ ਕਰਿਓ ਜੋ ਕੁਝ ਬਾਹਰ ਹੈ ਜੇ ਕਲਯੁੱਗ ਬਾਹਰ ਆਖਿਆ ਤਾਂ ਅੰਦਰ ਵੀ ਕਲਯੁੱਗ ਹੈ ਬਲਕਿ ਅੰਦਰ ਦੇ ਕਲਯੁੱਗ ਨੂੰ ਸਪਸ਼ਟ ਕਰਨ ਲਈ ਗੁਰੂ ਨੇ ਇੱਕ ਲਫ਼ਜ਼ ਵਰ ਦਿੱਤਾ ਆਸਾ ਦੀ ਵਾਰ ਤੱਕ ਕਦੀ ਸਲੋਕ ਪੜ੍ਹੋ ਤੇਰਵਾਂ ਸਲੋਕ ਉਹਦੇ 'ਚ ਕੀ ਹੈ ਨਾਨਕ ਮੇਰ ਸਰੀਰ ਕਾ ਮੈਂ ਅੰਦਰ ਦੇ ਕਲਯੁੱਗ ਦੀ ਅੰਦਰ ਦੇ ਅੰਧੇਰੇ ਨੂੰ ਸਪਸ਼ਟ ਕਰਾਂ ਜਿੱਥੇ ਦੁਨੀਆ ਜ਼ਿਆਦਾ ਪਰੇਸ਼ਾਨ ਹੈ ਬਾਹਰ ਦੇ ਅੰਧੇਰੇ ਤੋਂ ਲੋਕ ਪਰੇਸ਼ਾਨ ਨਹੀਂ ਉਹਦੇ ਸਾਧਨ ਬਣ ਗਏ ਨੇ ਰਾਤ ਨੂੰ ਵੀ ਫੈਕਟਰੀਆਂ ਚੱਲੀ ਜਾਂਦੀਆਂ ਨੇ ਰਾਤ ਨੂੰ ਵੀ ਮੁਸਾਫਰ ਸਫ਼ਰ ਕਰੀ ਜਾਂਦੇ ਨੇ ਹੈੱਡਲਾਈਟਾਂ ਜਗਾ ਲੈਂਦੇ ਨੇ ਸਾਧਨ ਬਣ ਗਏ ਨੇ ਇੱਕ ਅੰਧੇਰਾ ਅੰਦਰ ਹੈ ਜੋ ਬ੍ਰਹਿਮੰਡ ਦੇ ਸੋਈ ਪਿੰਡੇ ਅੰਦਰ ਵੀ ਹੈ ਜਿਹਦੇ ਤੋਂ ਜ਼ਿਆਦਾ ਪਰੇਸ਼ਾਨੀ ਹੋਈ ਹੈ ਉਹਦਾ ਬਦਲ ਕੋਈ ਨਹੀਂ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਅਤੇ ਗੁਰੂ ਨੇ ਆਪਣੀ ਰਚਨਾ ਤੋਂ ਆਖ ਦਿੱਤਾ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਬਿਨ ਸ਼ਬਦੇ ਅੰਤਰ ਹਨੇਰਾ ਅੰਦਰ ਵੀ ਕੋਈ ਅੰਧੇਰਾ ਹੈ ਜਿਹੜਾ ਰਾਹ ਕੋਈ ਨਹੀਂ ਛੱਡਦਾ ਉਹਦੇ ਵਿੱਚ ਚੰਦਰਮਾ ਵੀ ਨਹੀਂ ਦਿਸਦਾ ਅੰਦਰ ਦੇ ਅੰਧੇਰੇ ਵਿੱਚ ਚੰਦਰਮਾ ਨਹੀਂ ਦਿਸਦਾ
हाँ गुसाई का लफज क्यों रात आया सी माई मैं कह भी तो लखो गुसाई की गुसाई अंधेरा है रब कोई अंधेरा है जिदा जोड़ा सारिया नू चानन पिया वंडदा है तिसदे चानन सब मैं चानन होए वो आप अंधेरा थोड़ा ते उन्नू पालन लग्या भी तैनू परेशानी आ रही है भला चानन नू पालन लग्या भी परेशानी परेशानी क्यों हो गई इहदा मतलब कोई अंदर अंधेरा है रब दा चानन है पर ये चानन नू पछाण अपने अंदर दा अंधेरा दूर कर इसलिए कहन दिते बाणी ने जी कह दिता ऊड़ अमावस सच चंद्रमा दिसे नाही के चढ़या हो भालू विकुन्नी होई हो भालू विकुन्नी होई महामो अज्ञान तिमर मैं मन रहे हो उर्जाई हो भालू विकुन्नी होई नारद नाचे काल का बहार इसे ना कलयुग है वो कलयुग बाहर है ते एक अंदर का भी कलयुग है एक और ख्याल करो बाहर दे जोग दी गल तो समुचे रूप में है ना पता नहीं है कि नहीं है कदों बदले है कदों नवा युग आया है किसी ने वो रातां वो मिंट वो सकिंट वो दिन पछाने ने कदों युग बदलिया है गुरु ने बाणी विच सवाल कर खड़े कर दिते ने कहन लगे बाहर दे बदले हुए बदलते हुए युग नूं मैं किवें पछाणा सोई चंद चढ़े सितारे रोज ओही चंद चढ़दे ने ओही चंद डुबदे ने ओही तारे चढ़दे ने ओही आसमान है ओहो धरती है पता नहीं लोग किवें आखदे ने युग बदल गया सतगुरु ने सवाल किया सोई चंद चढ़े सितारे सोई दिन यार तपत रहे ओ जाई सूरज दिन यार चढ़िया ओ मैं उन्दे विच तपत है सा धरती सा पवन जुलारे धरती भी ओ है हवा पवन भी ओ चलती है दुनिया उसे पवन विच स्वास भी ले जाती है कदे युग जिन्हों बदलिया होया युग आखते सन उदों भी स्वासा की लौड़ पैंदी सी ओहो ही पवन सी मैं किवें आखा युग बदलिया है सतगुरु ने सवाल किया सा धरती सा पवन झुलारे जुग जीव जीवे ताल कैसे जीवन तलब निवार कह लगे मैं दसा किवें बदलदा है हो वह परवाना किवें मैं आखा कल युग आया है कदी सतयुग सी वो किवें बदले है हो वह परवाना करे धिंगाना जिंदे सहारे मनुख ढूंढदा होवे परवाना अपना आगू मनदा होवे ओहो ही आगू अपनी शक्ति ते जोर नूं वरतदिया होया धिंगाना करे
ਜ਼ੋਰਾ ਜ਼ਰਬੀ ਵਰਤੇ, ਕਲਕਾਤੀ ਰਾਜੇ ਕਸਾਈ ਹੋ ਜਾਣ, ਰਾਜੇ ਤਾਂ ਪ੍ਰਤਪਾਲਕ ਨੇ। ਰਾਜੇ ਰਾਜ ਸਿਸਟਮ ਜਦੋਂ ਚੱਲਿਆ ਸੀ, ਮਕਸਦ ਇਹ ਸੀ ਕਿ ਪ੍ਰਜਾ ਦੇ ਪ੍ਰਤਪਾਲਕ ਬਣਨ, ਪ੍ਰਜਾ ਦੇ ਰੱਖਿਅਕ ਬਣਨ। ਉਹ ਤਾਂ ਰੱਖਿਅਕ ਸਨ, ਪਰ ਹੋਇਆ ਕਿ ਉਹ ਧੰਗਾਣਾ ਕਰਨ ਲੱਗ ਪਏ, ਜ਼ੋਰਾ ਜ਼ਰਬੀ ਵਰਤਣ ਲੱਗ ਪਏ, ਤਾਕਤ ਦੀ ਨਜਾਇਜ਼ ਵਰਤੋਂ ਸ਼ੁਰੂ ਹੋ ਗਈ। ਬਸ ਕਹਿਣ ਲੱਗੇ ਇਹੋ ਹੀ ਕੱਲ੍ਹ ਦੇ ਲੱਛਣ ਨੇ। ਫੈਸਲਾ ਬਣੀ ਦਾ ਕਹਿਣ ਲੱਗੇ ਕਲਯੁੱਗ ਦੀ ਨਿਸ਼ਾਨੀ ਇਹੋ ਹੀ ਹੈ। ਹੋਵੇ ਪਰਵਾਨ ਕਰੇ ਧਿੰਗਾਣਾ, ਧਿੰਗਾਣਾ ਕਹਿੰਦੇ ਨੇ ਜ਼ੋਰਾ ਜ਼ਰਬੀ। ਹੋਵੇ ਪਰਵਾਨ ਕਰੇ ਧਿੰਗਾਣਾ, ਕੱਲ ਲੱਖਣ ਵਿਚਾਰ। ਕਹਿਣ ਲੱਗੇ ਕਲਯੁੱਗ ਦੇ ਲੱਛਣ ਆ ਨੀ, ਨਹੀਂ ਤਾਂ ਕਿਸੇ ਦੇਸ਼ ਨਾ ਆਇਆ ਸੁਣੀਏ, ਕਿਸੇ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤਾਂ ਨਾ ਹੀ ਮਹਿਲ ਉਸਾਰ ਨਾ ਬੈਠਾ। ਕਦੇ ਨਹੀਂ ਸੁਣਿਆ ਵੀ ਕਿਸ ਦੇਸ਼ ਵਿੱਚੋਂ ਕਲਯੁੱਗ ਆਇਆ ਅਤੇ ਕਿੱਥੇ ਆ ਕੇ ਰਿਹਾ ਹੈ, ਕਿਹੜਾ ਉਹਦਾ ਮਹੱਲ ਹੈ, ਕਿਹੜਾ ਉਹਨੇ ਘਰ ਉਸਾਰਿਆ। ਕਦੇ ਕਿਸੇ ਨੇ ਵੇਖਿਆ ਕਲਯੁੱਗ ਨੂੰ? ਕਹਿਣ ਲੱਗੇ ਨਹੀਂ, ਕਲਯੁੱਗ ਨਾ ਕਿਤੋਂ ਆਇਆ ਹੈ ਨਾ ਕਿਤੇ ਜਾਣਾ ਹੈ, ਨਾ ਕਲਯੁੱਗ ਦਾ ਕੋਈ ਵੱਖਰਾ ਮਹਿਲ ਹੈ ਨਾ ਕੋਈ ਉਸਾਰ, ਉਹ ਤਾਂ ਤੇਰੇ ਅੰਦਰ ਹੀ ਪੈਦਾ ਹੋ ਜਾਂਦਾ ਹੈ। ਦੇਖਿਓ ਮੈਨੂੰ ਸੁਭਾਅ ਹੈ, ਮੈਂ ਗੁਰਬਾਣੀ ਵਿੱਚੋਂ ਹਰ ਗੱਲ ਦਾ ਜਵਾਬ ਮੰਗਣਾ। ਉਹ ਤੇਰੇ ਅੰਦਰ ਸ਼੍ਰੀ ਆਸਾ ਜੀ ਦੀ ਵਾਰ ਦਾ ਤੇਰਵਾਂ ਸਲੋਕ ਇਸੇ ਗੱਲ ਦਾ ਜਵਾਬ ਹੈ। ਕਹਿਣ ਲੱਗੇ ਬਾਹਰ ਦੇ ਕਲਯੁੱਗ ਦੀਆਂ ਗੱਲਾਂ ਅਤੇ ਕਿਆਫੇ ਕਰਨ ਵਾਲਿਆ, ਤੂੰ ਐਸੇ ਹਰ ਇੱਕ ਯੁੱਗ ਬਦਲੇ ਹੋਏ ਯੁੱਗ ਦੀ ਉਮਰ ਵੀ ਤੈਅ ਕਰ ਦਿੱਤੀ। ਅਤੇ ਉਮਰ ਤਾਂ ਫਿਰ ਤੈਅ ਤਾਂ ਹੁੰਦੀ ਹੈ ਜੇ ਇੱਕ ਦਿਨ ਵਿੱਚ ਯੁੱਗ ਬਦਲਦਾ ਹੋਵੇ, ਵੀ ਇਸ ਦਿਨ ਇਹਦੀ ਉਮਰ ਖਤਮ ਹੋ ਗਈ, ਦੂਜੇ ਦੀ ਸ਼ੁਰੂ ਹੋ ਗਈ। ਕਹਿਣ ਲੱਗੇ ਤੂੰ ਉਹਦੇ ਵਿੱਚ ਸੋਚਦਾ? ਕਹਿਣ ਲੱਗੇ ਨਹੀਂ। ਨਾਨਕ ਮੇਰ ਸਰੀਰ ਕਾ, ਇਹ ਮੇਰ ਸਰੀਰ ਹੈ, ਮਨੁੱਖਾ ਜਨਮ ਕੀ ਹੈ, ਮੇਰ ਸਰੀਰ, ਵੱਡਾ ਸ੍ਰੇਸ਼ਟ। ਮੇਰ ਕਹਿੰਦੇ ਨੇ ਸ੍ਰੇਸ਼ਟ ਨੂੰ, ਜਿਹੜਾ ਸਾਰੀ ਚੀਜ਼ ਦਾ ਕੇਂਦਰ ਹੋਵੇ। ਆਪਾਂ ਮਨ ਮਾਲਾਂ ਦੇ ਮਣਕੇ ਮਿਣਨੇ, ਉਹਦੇ ਵਿੱਚ ਇੱਕ ਮੇਰੂ ਦਾ ਮਣਕਾ ਹੁੰਦਾ ਹੈ, ਉੱਥੇ ਆ ਕੇ ਬਾਕੀ ਜਿੰਨੇ ਮਣਕੇ ਨੇ ਉਹਨਾਂ ਦੀ ਦੌੜ ਖਤਮ ਹੋ ਜਾਂਦੀ ਹੈ। ਇੱਕ ਇੱਕ ਤਾਂ ਤੁਸੀਂ ਨਾਮ ਜਪਦੇ ਹੋ, ਕੋਈ ਗਿਣਤੀ ਕਰਦੇ ਹੋ, ਜਿਸ ਵੇਲੇ ਆਖਰੀ ਮੇਰੂ ਮਣਕਾ ਆ ਜਾਣਾ, ਉੱਥੇ ਪਿਛਲੀ ਮਾਲਾ ਦੀ ਸਾਰੀ ਗਿਣਤੀ ਖਤਮ। ਮੇਰੂ ਮਣਕਾ। ਕਹਿਣ ਲੱਗੇ ਸੰਸਾਰ ਦੀਆਂ ਜਿੰਨੀਆਂ ਜੂਨਾਂ ਨੇ ਨਾ, ਉਹ ਇੱਥੇ ਆ ਕੇ ਇਹ ਮੇਰੂ ਮਣਕਾ ਹੈ, ਪਿਛਲੀਆਂ ਜੂਨਾਂ ਦੀ ਸਾਰੀ ਗਿਣਤੀ ਖਤਮ ਹੋ ਗਈ, ਨਵੇਂ ਸਿਰੇ ਸ਼ੁਰੂ ਹੋਏਗੀ। ਅਤੇ ਕਹਿਣ ਲੱਗੇ ਇਸੇ ਵਿੱਚ ਯੁੱਗ ਬਦਲਦੇ ਨੇ, ਬੜੇ ਬਦਲਦੇ ਨੇ। ਕਹਿਣ ਲੱਗੇ ਬਾਹਰ ਦੇ ਯੁੱਗਾਂ ਦੀ ਗੱਲ ਕਰਨ ਵਾਲਿਆ, ਇਹਦੇ ਅੰਦਰ ਹੀ ਅੰਧੇਰਾ ਪੈਦਾ ਹੁੰਦਾ ਹੈ, ਬਾਹਰਲਾ ਅੰਧੇਰਾ ਮਿਟ ਜਾਂਦਾ ਹੈ। 10-12 ਘੰਟੇ ਬਾਅਦ ਰਾਤ ਵੀ ਖਤਮ ਹੋ ਜਾਂਦੀ ਹੈ, ਚਾਨਣ ਜਗਾਉਣ ਨਾਲ, ਹੈੱਡਲਾਈਟਾਂ ਨਾਲ ਰੋਸ਼ਨੀ ਫਿਰ ਮਿਲ ਜਾਂਦੀ ਹੈ। ਪਰ ਇੱਕ ਅੰਦਰ ਦਾ ਯੁੱਗ ਹੈ, ਉਹ ਬਦਲਦਾ ਜਦੋਂ, ਉਦੋਂ ਬੜਾ ਮੁਸ਼ਕਿਲ ਪੇਸ਼ ਆਉਂਦੀ ਹੈ। ਕਹਿਣ ਲੱਗੇ ਨਾਨਕ ਮੇਰ ਸਰੀਰ ਕਾ, ਇੱਕ ਰੱਥ ਵਾਹ ਚੱਲਦਾ ਹੈ, ਬਦਲਦਾ ਹੈ। ਅਤੇ ਬਦਲਣ ਵਾਸਤੇ, ਚੱਲਣ ਵਾਸਤੇ ਕੋਈ ਚੀਜ਼, ਕੋਈ ਵਸਤੂ, ਕੋਈ ਸਾਧਨ ਚਾਹੀਦਾ ਹੈ। ਇੱਕ ਰੱਥ ਆ ਜਾਂਦਾ ਅਤੇ ਇੱਕ ਰੱਥ ਵਾਹ ਜਿਹਦੇ ਸਹਾਰੇ ਇਹ ਚੱਲਦਾ ਹੈ।
ਤੇ ਚੱਲਦਾ ਚੱਲਦਾ ਹੈ, ਵੱਟਦਾ ਹੈ ਭਾਵ ਬਦਲਦਾ ਵੀ ਹੈ। ਅੰਦਰ ਦੇ ਯੁੱਗ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਕਰ ਰਹੇ ਨੇ ਤੇ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥ ਵਾਹ ਜੁਗ ਜੁਗ ਫੇਰ ਵਟਾਈਆ ਚੱਲਦਾ ਤੇ ਫਿਰ ਇਹ ਵਟਦਾ ਬਦਲਦਾ ਜੁਗਾਂ ਵਿੱਚ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਏ। ਬਾਹਰ ਦੇ ਯੁੱਗ ਨੂੰ ਬਦਲਦਿਆਂ ਤਾਂ ਪਤਾ ਨਹੀਂ ਕਿੰਨਾ ਨੇ ਅੱਜ ਤੱਕ ਕਿਸਨਾਂ ਨੇ ਇਹ ਅੰਦਾਜ਼ਾ ਲਗਾਇਆ ਕਿ ਇੰਨੇ ਹਜ਼ਾਰ ਸਾਲ ਬਾਅਦ ਯੁੱਗ ਬਦਲ ਜਾਣਾ ਹੈ। ਪਰ ਜਦੋਂ ਅੰਦਰ ਦਾ ਯੁੱਗ ਬਦਲਦਾ ਕੋਈ ਸਿਆਣਾ ਹੀ ਸਮਝ ਸਕਦਾ ਹੈ ਕਿ ਯੁੱਗ ਬਦਲ ਗਿਆ ਹੈ। ਗਿਆਨੀ ਬੁਝੈਤਾ ਹੈ ਤੇ ਗੁਰੂ ਨਾਨਕ ਕਹਿੰਦੇ ਨੇ ਮੈਂ ਸਮਝਾਵਾਂ, ਜਦੋਂ ਤੁਹਾਨੂੰ ਅੰਦਰਲਾ ਯੁੱਗ ਬਦਲੇ ਤੁਹਾਨੂੰ ਪਤਾ ਲੱਗ ਜਾਏ। ਸਤ ਯੁਗ ਰੱਥ ਸੰਤੋਖ ਕਾ ਯੁਗਾਂ ਦੀ ਗਿਣਤੀ ਕਰ ਰਹੇ ਨੇ। ਸਤ ਯੁਗ ਰੱਥ ਸੰਤੋਖ ਕਾ ਧਰਮ ਅੱਗੇ ਰਤਵਾਹੋ ਕ੍ਰਿਤੇ ਰੱਥ ਜਤੇ ਕਾ। ਜਦੋਂ ਮਨੁੱਖ ਦੇ ਸੁਭਾਅ ਉਹਦੇ ਜੀਵਨ ਸ਼ੈਲੀ ਬਦਲਦੀ ਹੈ, ਜਦੋਂ ਉਹਦੇ ਕਰਮ ਬਦਲਦੇ ਨੇ, ਜਦੋਂ ਉਹਦੇ ਕਰਮਾਂ ਦਾ ਸਿਸਟਮ ਬਦਲਦਾ ਹੈ ਉਦੋਂ ਸਮਝੋ ਯੁੱਗ ਬਦਲ ਰਿਹਾ ਹੁੰਦਾ। ਇੱਕੋ ਹੀ ਮਨੁੱਖ ਦੇ ਅੰਦਰ ਜੇ ਦਿਨ ਵਿੱਚ ਚਾਰ ਵਾਰੀ ਬਦਲ ਜਾਏ ਤਾਂ ਸਮਝੋ ਦਿਨ ਵਿੱਚ ਚਾਰ ਵਾਰੀ ਯੁੱਗ ਬਦਲ ਗਿਆ ਹੈ। ਜਿੱਥੇ ਸ਼ਾਂਤੀ ਹੈ ਇੱਕ ਮਨੁੱਖ, ਹਰ ਮਨੁੱਖ ਦਾ ਯੁੱਗ ਆਪਣਾ ਹੋ ਗਿਆ। ਉਹ ਜਿਹੜੇ ਯੁੱਗਾਂ ਦੀ ਗੱਲ ਕਰਨੇ ਆ ਉਹ ਤਾਂ ਸਾਰੇ ਸੰਸਾਰ ਦੀ ਹੈ ਨਾ, ਨਹੀਂ ਇੱਥੇ ਗੁਰੂ ਨਾਨਕ ਦੇ ਦੱਸੇ ਮੁਤਾਬਕ ਹਰ ਮਨੁੱਖ ਦਾ ਯੁੱਗ ਆਪਣਾ ਹੋ ਗਿਆ। ਇੱਕ ਸ਼ਾਂਤੀ ਵਿੱਚ ਬੈਠਾ ਹੈ ਉਹ ਸਮਝੋ ਸਤਿਯੁਗ ਵਿੱਚ ਬੈਠਾ ਹੈ, ਇੱਕ ਗੁੱਸੇ ਕ੍ਰੋਧ ਵਿੱਚ ਬੈਠਾ ਹੈ ਉਹ ਸਮਝੋ ਉਹਦੇ ਅੰਦਰ ਕਲਯੁਗ ਆ ਗਿਆ ਹੈ। ਦੋ ਦੋਸਤ ਆਪਸ ਵਿੱਚ ਇਕੱਠੇ ਬੈਠੇ ਨੇ, ਇੱਕ ਸਤਿਯੁਗ ਵਿੱਚ ਬੈਠਾ ਹੈ, ਇੱਕ ਕਲਯੁਗ ਵਿੱਚ ਬੈਠਾ ਹੈ। ਹਰ ਇੱਕ ਦਾ ਯੁੱਗ ਆਪਣਾ ਆਪਣਾ ਅਤੇ ਹਰ ਇੱਕ ਦੇ ਸਰੀਰ ਦੇ ਇਸ ਮੇਰ ਸਰੀਰ ਦੇ ਅੰਦਰ ਪੈਦਾ ਹੋ ਰਿਹਾ। ਇਸ ਲਈ ਤੂੰ ਆਪਣੇ ਯੁੱਗ ਨੂੰ ਆਪ ਪਛਾਣ, ਤੂੰ ਕਿਹੜਾ ਯੁੱਗ ਪੈਦਾ ਕਰ ਰਿਹਾ ਹੈ। ਤੂੰ ਸਤਿਯੁਗ ਵਿੱਚ ਰਹਿਣਾ ਚਾਹੁੰਦਾ ਕਿ ਕਲਯੁੱਗ ਵਿੱਚ ਰਹਿਣਾ ਚਾਹੁੰਦਾ, ਇਹ ਵੀ ਤੇਰੀ ਮਰਜ਼ੀ 'ਤੇ ਹੋ ਜਾਏ ਜੇ ਤੈਨੂੰ ਪਛਾਣ ਆ ਜਾਏ। ਗੁਰੂ ਨਾਨਕ ਆਖਦੇ ਨੇ ਸਤਿਯੁਗ ਰੱਥ ਸੰਤੋਖ ਕਾ ਧਰਮ ਅੱਗੇ ਰਥਵਾ ਤ੍ਰੇਤੇ ਰੱਥ ਜਤੇ ਕਾ ਜੋਰ ਅੱਗੇ ਰਥਵਾ ਦੁਆਪਰ ਰੱਥ ਤਪੇ ਕਾ ਦੁਆਪਰ ਰੱਥ ਤਪੇ ਕਾ ਸੱਤ ਅੱਗੇ ਰਥਵਾ। ਹੁਣ ਕਹਿੰਦੇ ਨੇ ਮੈਂ ਤੂੰ ਜ਼ਰਾ ਸੋਚ ਆਪਣੇ ਅੰਦਰ ਚਾਹਤ ਮਾਰ ਕੇ ਤੂੰ ਕਿਸ ਕੋਲ ਯੁੱਗ ਵਿੱਚ ਹੈ। ਕਲ ਯੁੱਗ ਰੱਥ ਅਗਨ ਕਾ ਮੇਰ ਸਰੀਰ ਕਾ ਇੱਕ ਰੱਥ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ ਯੁੱਗ ਯੁੱਗ ਫੇਰ ਵਟਾਈਆ। ਇੱਥੇ ਅੰਦਰ ਵੀ ਯੁੱਗ ਯੁੱਗ ਬਦਲ ਰਹੇ ਨੇ। ਤੂੰ ਅੰਦਰਲੇ ਬਦਲਦੇ ਹੋ ਯੁੱਗਾਂ ਨੂੰ ਪਛਾਣ ਲੈ ਅਤੇ ਫਿਰ ਫੈਸਲਾ ਕਰ ਤੂੰ ਕਿਹੜੇ ਯੁੱਗ ਵਿੱਚ ਜਿਉਣਾ ਚਾਹੁੰਦਾ ਹੈ। ਜਦੋਂ ਤੇਰਾ ਦਿਲ ਚਾਹੇ ਤੂੰ ਸਤਿਯੁਗ ਪੈਦਾ ਕਰ ਸਕਣਾ ਹੈ। ਉਹ ਭਲਿਆ
ਸਤਜੁਗ ਨੂੰ ਉਡੀਕਣ ਦੀ ਲੋੜ ਨਹੀਂ, ਆਪਣੇ ਅੰਦਰ ਸਤਜੁਗ ਪੈਦਾ ਕਰ। ਸਤਜੁਗ ਨੂੰ ਭਾਲਣ ਦੀ, ਇੰਤਜ਼ਾਰ ਕਰਨ ਦੀ ਲੋੜ ਨਹੀਂ, ਆਪਣੇ ਅੰਦਰ ਸਤਜੁਗ ਪੈਦਾ ਕਰ। ਅਤੇ ਵਿਸ਼ਵਾਸ ਕਰ, ਜਦੋਂ ਤੂੰ ਬੇਵੱਸ ਹੋ ਜਾਣਾ, ਤੇਰੇ ਅੰਦਰ ਕਲਯੁਗ ਪੈਦਾ ਹੋ ਜਾਂਦਾ। ਗੁਰੂ ਸਮਝਾ ਰਹੇ, ਮੈਂ ਹੈਰਾਨ ਹੁੰਦਾ, ਬਾਣੀ ਦੇ ਅੱਗੇ ਨਮਸਕਾਰ ਕਰਨ ਵਾਲਾ ਮਨੁੱਖ ਬਾਣੀ ਨੂੰ ਸਮਝ ਨਾ ਸਕੇ, ਦੁਖੀ ਹੋ ਰਹੇ ਹੋਵੇ। ਗੁਰੂ ਕਹਿੰਦੇ ਨੇ ਕਲਯੁਗ ਰਥ ਅਗਨ ਕਾ, ਅਗਨ ਦਾ ਰਥ ਹੈ, ਇਹਦੇ ਤੇ ਸਵਾਰ ਹੈ। ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥ ਬਹਾਓ। ਝੂਠ ਦਾ ਪੁਜਾਰੀ ਹੋ ਗਿਆ ਜਿਹੜੀ ਗੱਲ ਨੂੰ ਸਮਝ ਨਹੀਂ ਸਕਿਆ, ਜਿਹੜੀ ਗੱਲ ਨੂੰ ਇਹ ਜਾਣਦਾ ਨਹੀਂ, ਉਸੇ ਦੀ ਪੂਜਾ ਕਰੀ ਜਾਂਦਾ, ਉਸੇ ਨੂੰ ਸਹੀ ਮੰਨੀ ਜਾਂਦਾ। ਗੁਰੂ ਨੇ ਕਿਉਂ ਆਖਿਆ ਕਲਯੁਗ ਦੀ ਨਿਸ਼ਾਨੀ ਕੀ ਹੈ? ਉਹ ਇਹ ਕਹਿਣ ਲੱਗੇ, ਆਵਤ ਕੋ ਜਾਤਾ ਕਹੇ, ਜਾਤ ਕੋ ਆਇਆ ਪਰ ਕੀ ਕਹੋ ਆਪਣੀ ਕਹੇ, ਆਪਣੋ ਨਹੀਂ ਪਾਇਆ। ਮਿੱਠੇ ਕੋ ਕੌੜਾ ਕਹੇ, ਕੜੀਏ ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ। ਜਿਹੜਾ ਰੱਤਿਆ ਹੋਵੇ, ਰੱਬ ਨਾਲ ਜੁੜਿਆ ਹੋਵੇ, ਉਹਦੀ ਨਿੰਦਾ ਕਰੇ। ਕਹਿਣ ਲੱਗੇ ਐਸਾ ਕਲ ਮੈਂ ਡੀਠਾ, ਇੱਥੇ ਲਫ਼ਜ਼ ਫਿਰ ਕਲਯੁਗ ਆ ਗਿਆ। ਕਹਿਣ ਲੱਗੇ ਕਲਯੁਗ ਦੀ ਨਿਸ਼ਾਨੀ ਇਹ ਹੈ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾ। ਇਸ ਲਈ ਪਰ ਇੱਕ ਖਿਆਲ ਕਰੀ, ਤੂੰ ਆਪੇ ਜਦੋਂ ਕਲਯੁਗ ਵਿੱਚ ਹੁੰਦਾ ਹੈ, ਤੂੰ ਆਪੇ ਵੀ ਨਹੀਂ ਪਛਾਣ ਸਕਦਾ ਕਿ ਮੈਂ ਕਲਯੁਗ ਵਿੱਚ ਹਾਂ। ਅੰਧੇਰਾ ਹੁੰਦਾ, ਤੇਰੀ ਪਛਾਣ ਖਤਮ ਹੋ ਜਾਂਦੀ ਹੈ, ਪਰ ਤੂੰ ਆਪਣੇ ਆਪ ਵਿੱਚ ਇਹ ਨਹੀਂ ਮਹਿਸੂਸ ਕਰ ਸਕਦਾ ਮੇਰੇ ਅੰਦਰ ਕੋਈ ਭਰਮ ਦਾ ਅੰਧੇਰਾ ਪੈਦਾ ਹੋਇਆ, ਮੇਰੀ ਪਛਾਣ ਖਤਮ ਹੋ ਗਈ। ਗੁਰੂ ਨਾਨਕ ਨੇ ਆਖਿਆ ਹੈ, ਤਾਲ ਮਦੀਰੇ ਘੱਟ ਕੇ ਘਾਟ, ਢੋਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲ ਕਾ ਬਹਾਓ। ਕਲ ਦੀ ਨਿਸ਼ਾਨੀ ਕੀ ਹੈ? ਸ਼ੈਤਾਨ ਅੰਦਰ ਆ ਜਾਂਦਾ ਹੈ। ਨਾਰਦ ਨਾਚੇ ਕਲ ਕਾ ਬਹਾਓ, ਜਤੀ ਸਤੀ ਕਹਿ ਰਾਖੇ ਪਾਓ। ਉਦੋਂ ਸੱਚ ਦੀ ਗੱਲ ਵੀ ਨਹੀਂ ਚੰਗੀ ਲੱਗਦੀ। ਅਗਲੇ ਪਾਸੇ ਇੱਕ ਲਫ਼ਜ਼ ਨੇ, ਨਾਨਕ ਨਾਨਕ ਨਾਮ ਵਿੱਚੋਂ ਕੁਰਬਾਨ, ਅੰਧੀ ਦੁਨੀਆ ਸਾਹਿਬ ਜਾਣ। ਕਹਿਣ ਲੱਗੇ ਮੈਂ ਉਸ ਗੁਰੂ ਨਾਨਕ ਤੋਂ ਕੁਰਬਾਨ ਹਾਂ ਜਿਹੜਾ ਇਸ ਕਾਖ ਸਮਝਾਉਂਦਾ ਹੈ ਕਿ ਦੁਨੀਆ ਅੰਧੀ ਅੰਧੇਰੇ ਵਿੱਚ ਆ ਗਈ ਹੈ, ਭਰਮ ਦੇ ਅੰਧੇਰੇ ਵਿੱਚ ਅੰਧੀ ਹੋ ਗਈ, ਉਹਨੂੰ ਪਛਾਣ ਨਹੀਂ ਰਹੀ। ਪਰ ਹੇ ਮਾਲਕ, ਤੂੰ ਤਾਂ ਪਛਾਣਨਾ ਨਾ, ਦੁਨੀਆ ਅੰਧੀ ਹੋ ਗਈ। ਇਸ ਲਈ ਤੇਰੇ ਅੱਗੇ ਅਰਦਾਸ ਹੈ, ਰਾਤ ਵੀ ਇੱਕ ਲਫ਼ਜ਼ ਸੀ, ਕਹੋ ਨਾਨਕ ਜਨ ਨਾਨਕ ਮੈਂ ਨਾ ਹੈ ਕੋ ਗੁਣ। ਆਖਰੀ ਲਾਈਨ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਦੀ, ਜਨ ਨਾਨਕ ਮੈਂ ਨਾ ਹੀ ਕੋ ਗੁਣ, ਰਾਖ ਲਿਓ ਸਰਨਾਈ। ਤੂੰ ਤਾਂ ਜਾਣਨਾ ਨਾ, ਮੈਂ ਭਰਮ ਦੇ ਅੰਧੇਰੇ ਵਿੱਚ ਭਟਕ ਰਹੀ ਹਾਂ। ਕਹਿਣ ਲੱਗੇ ਮੈਨੂੰ ਹੁਣ ਭਰਮ ਦੇ ਅੰਧੇਰੇ ਨੇ ਇੰਨਾ ਗ੍ਰਸ ਲਿਆ ਕਿ ਮੈਨੂੰ ਕੋਈ ਰਾਹ ਵੀ ਨਹੀਂ ਦਿਸਦਾ। ਹਾਂ ਬਹਾਲ ਕਿਉਂ ਨਹੀਂ ਹੋਈ, ਅੰਧੇਰੇ ਰਾਹੋ ਨਾ ਕੋਈ, ਵਿੱਚ ਹੋਮੇ ਕਰ ਇੱਕ ਹੰਕਾਰ ਹੀ ਮਨ ਨੂੰ ਚੜਿਆ ਹੋਇਆ, ਅਤੇ ਉਸ ਨੇ ਪੈਦਾ ਕੀਤਾ ਦੁੱਖ, ਜਿਸ ਦੁੱਖ ਕਾਰਨ ਰੋ ਰਹੀ ਹਾਂ। ਕਹਿਣ ਲੱਗੇ ਇਸ ਲਈ ਤੇਰੇ ਅੱਗੇ ਅਰਦਾਸ ਹੈ, ਕਹੋ ਨਾਨਕ ਕਿਨ ਬਿਦਗਤ ਹੋਈ, ਮੈਨੂੰ ਦੱਸ ਕਿ ਮੈਂ ਇਸ ਅੰਧੇਰੇ ਤੋਂ, ਇਸ ਭਰਮ ਤੋਂ ਕਿਵੇਂ ਛੁਟਕਾਰਾ ਪਾਵਾਂ ਕਿ ਮੇਰੇ ਸਾਹਮਣੇ ਸਭ ਕੁਛ ਚਾਨਣ ਵਾਂਗੂ ਪ੍ਰਗਟ, ਚੰਦਰਮਾ ਵਾਂਗੂ ਪ੍ਰਗਟ ਹੋ ਜਾਏ, ਮੈਂ ਤਾਂ ਭਾਲ ਰਹੀ ਹਾਂ। ਕਹਿਣ ਲੱਗੇ ਅੰਧੇਰੇ
ਭਾਲ ਰਹੀ ਹਾਂ ਸੱਚ ਨੂੰ ਪਰ ਸੱਚ ਦਿਸ ਨਹੀਂ ਰਿਹਾ ਕੀ ਕਰਾਂ ਭਾਲਦੀ ਭਾਲਦੀ ਵਿਕੁੰਨੀ ਭਾਲੀਬਦੀ ਭਾਲਦੀ ਵਿਆਕੁਲ ਹੋ ਗਈ ਭਾਲਦੀ ਭਾਲਦੀ ਗੁੱਸੇ ਵਿੱਚ ਕਲਯੁੱਗ ਵਿੱਚ ਆ ਗਈ ਹੇ ਮਾਲਕ ਤੂੰ ਰਹਿਮਤ ਕਰ ਮੈਨੂੰ ਸੱਚ ਦਿਸ ਪਏ ਅੰਧੇਰੇ ਵਿੱਚ ਤਾਂ ਟੇਟਾ ਨਾ ਵੀ ਦਿਸ ਪੈਂਦਾ ਹੈ ਸੱਚ ਤਾਂ ਚੰਦਰਮਾ ਹੈ ਪਛਾਣਨਾ ਪਏਗਾ ਉਸ ਚੰਦਰਮਾ ਵਿੱਚ ਮੁਸਾਫਰ ਸਫ਼ਰ ਕਰ ਲੈਂਦੇ ਨੇ ਜੀਵਨ ਦਾ ਉਸ ਚੰਦਰਮਾ ਦੇ ਚਾਨਣ ਵਿੱਚ ਲੋਕ ਆਪਣਾ ਰਾਹ ਪਛਾਣ ਰਹੇ ਨੇ ਤੈਨੂੰ ਚੰਦਰਮਾ ਕਿਉਂ ਨਹੀਂ ਦਿਸਦਾ ਹਾਂ ਪਾਲ ਵਿਕੁੰਨੀ ਹੋਈ ਅੰਧੇਰੇ ਰਾਹੋਂ ਨਾ ਕੋਈ ਗੁਰੂ ਬਖਸ਼ਿਸ਼ ਕਰੇ ਅਤੇ ਦੱਸ ਦੇਵੇ ਕਹੋ ਨਾਨਕ ਕਿਨ ਬੇਦ ਗਤ ਹੋਈ ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।